ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ GK ਫੈਨ ਵਿੱਚ। ਸੋ ਅੱਜ ਮੈਂ ਇੱਕ ਪੰਜਾਬ GK ਦਾ ਕ੍ਰੈਸ਼ ਕੋਰਸ ਸਟਾਰਟ ਕਰਨ ਲੱਗਿਆ, ਇਸ ਦਾ ਮੈਂ ਫਸਟ ਪਾਰਟ ਬਣਾਊਂਗਾ। ਸੋ ਇਸ ਕ੍ਰੈਸ਼ ਕੋਰਸ ਦੇ ਵਿੱਚ ਆਪਾਂ ਡਿਸਕਸ ਕਰਾਂਗੇ ਪੰਜਾਬ GK ਦੇ ਮੋਸਟ ਇੰਪੋਰਟੈਂਟ ਕੁਐਸਚਨਸ। ਸੋ ਜਿਹੜੇ ਮੋਸਟ ਇੰਪੋਰਟੈਂਟ ਕੁਐਸਚਨ ਨੇ ਉਹਨਾਂ ਦੀ ਮੈਂ ਕਲੈਕਸ਼ਨ ਕੀਤੀ ਹੈ, ਜਿਹੜੇ ਐਗਜ਼ਾਮ ਦੇ ਵਿੱਚ ਵਾਰ ਵਾਰ ਰਿਪੀਟ ਹੁੰਦੇ ਨੇ। ਸੋ ਉਹੀ ਕੁਐਸਚਨ ਆਪਾਂ ਡਿਸਕਸ ਕਰਾਂਗੇ। ਤੁਸੀਂ ਕੀ ਹੈ ਸਾਡਾ YouTube ਚੈਨਲ GK ਫੈਨ ਸਬਸਕ੍ਰਾਈਬ ਕਰ ਲਓ ਤਾਂ ਕਿ ਤੁਸੀਂ ਆਉਣ ਵਾਲੇ ਸਾਰੇ ਪਾਰਟਸ ਦੇਖ ਸਕੋ, ਔਰ ਤੁਸੀਂ ਸਾਨੂੰ ਫੇਸਬੁੱਕ ਔਰ ਯੂਟਿਊਬ ਦੋਨਾਂ ਉੱਪਰ ਫੋਲੋ ਕਰ ਸਕਦੇ ਹੋ। ਸਾਡੇ ਯੂਟਿਊਬ ਚੈਨਲ ਦਾ ਨਾਮ ਹੈ ਜੀ GK ਫੈਨ, ਔਰ ਫੇਸਬੁੱਕ ਦੇ ਪੇਜ ਦਾ ਨੇਮ ਵੀ ਕੀ ਹੈ GK ਫੈਨ। ਸੋ ਚਲੀਏ ਸਟਾਰਟ ਕਰਦੇ ਹਾਂ ਅੱਜ ਦੀ ਵੀਡੀਓ। ਸੋ ਅੱਜ ਦੀ ਵੀਡੀਓ ਦਾ ਜਿਹੜਾ ਪਹਿਲਾ ਕੁਐਸਚਨ ਹੈ ਜੀ, ਪੰਜਾਬ ਦਾ ਪੁਰਾਣਾ ਨਾਮ ਕੀ ਹੈ? ਸੋ ਪੰਜਾਬ ਦਾ ਜਿਹੜਾ ਪਹਿਲਾ ਨਾਮ ਸੀਗਾ, ਪਹਿਲਾਂ ਬੋਲਦੇ ਸੀ ਜੀ ਸਪਤ ਸਿੰਧੂ। ਸਪਤ ਸਿੰਧੂ ਮੀਨਸ ਸੱਤ ਦਰਿਆ। ਸੋ ਗ੍ਰੀਕਸ ਪੰਜਾਬ ਨੂੰ ਕਿਸ ਨਾਮ ਨਾਲ ਜਾਣਦੇ ਸਨ? ਸੋ ਗ੍ਰੀਕਸ ਪੰਜਾਬ ਨੂੰ ਕਹਿੰਦੇ ਸੀ ਜੀ ਪੈਂਟਾਪੋਟਾਮੀਆ। ਸੋ ਪੰਜਾਬ ਦਾ ਹੀ ਨਾਮ ਹੈ ਪੈਂਟਾਪੋਟਾਮੀਆ। ਗ੍ਰੀਕਸ ਪੰਜਾਬ ਨੂੰ ਕੀ ਕਹਿੰਦੇ ਸੀ ਜੀ? ਪੈਂਟਾਪੋਟਾਮੀਆ। ਭਾਰਤ ਦਾ ਪਹਿਲਾ ਸਿੱਖ ਰਾਸ਼ਟਰਪਤੀ ਕੌਣ ਸੀ? ਸੋ ਰਾਸ਼ਟਰਪਤੀ ਬੋਲਦੇ ਜੀ ਪ੍ਰੈਜ਼ੀਡੈਂਟ ਨੂੰ। ਸੋ ਇੰਡੀਆ ਦੇ ਜਿਹੜੇ ਫਸਟ ਪ੍ਰੈਜ਼ੀਡੈਂਟ ਸੀਗੇ, ਜਿਹੜੇ ਸਿੱਖ ਸੀਗੇ, ਉਹ ਸੀਗੇ ਗਿਆਨੀ ਜੈਲ ਸਿੰਘ ਜੀ। ਕਾਫੀ ਇੰਪੋਰਟੈਂਟ ਕੁਐਸਚਨ ਹੈ। ਗਿਆਨੀ ਜੈਲ ਸਿੰਘ ਸੀਗੇ ਫਸਟ ਪ੍ਰੈਜ਼ੀਡੈਂਟ ਆਫ ਸਿੱਖ। ਨੈਕਸਟ ਹੈ ਜੀ ਪ੍ਰਕਾਸ਼ ਸਿੰਘ ਬਾਦਲ ਪੰਜਾਬ ਦੇ ਕਿੰਨੇ ਵਾਰ ਮੁੱਖ ਮੰਤਰੀ ਬਣ ਚੁੱਕੇ ਹਨ? ਸੋ ਜਿਹੜੇ ਪ੍ਰਕਾਸ਼ ਸਿੰਘ ਬਾਦਲ ਜੀ ਹੈ, ਪੰਜਾਬ ਦੇ ਕਿੰਨੇ ਵਾਰ ਮੰਤਰੀ ਬਣੇ ਨੇ? ਪੰਜ ਵਾਰ। ਪੰਜ ਵਾਰ ਕੀ ਇਹ ਚੀਫ ਮਿਨਿਸਟਰ ਬਣ ਚੁੱਕੇ ਹਨ। ਹਾਂਜੀ, ਨੈਕਸਟ ਕੁਐਸਚਨ, ਮਾਲਵੇ ਅਤੇ ਦੁਆਬੇ ਦੇ ਏਰੀਏ ਨੂੰ ਕਿਹੜੀ ਨਦੀ ਵੱਖ ਕਰਦੀ ਹੈ? ਸੋ ਮਾਲਵੇ ਅਤੇ ਦੁਆਬੇ ਦੇ ਏਰੀਏ ਨੂੰ ਵੱਖ ਕਰਦੀ ਹੈ ਜੀ ਸਤਲੁਜ ਨਦੀ। ਸੋ ਭਾਸ਼ਾ ਦੇ ਆਧਾਰ 'ਤੇ ਪੰਜਾਬ ਦੀ ਵੰਡ ਕੀਤੀ ਹੋਈ ਹੈ, ਜਿਸ ਤਰ੍ਹਾਂ ਕੁਛ ਏਰੀਏ ਨੂੰ ਮਾਲਵਾ ਬੋਲਦੇ ਆ, ਜਿੱਥੇ ਮਲਵਈ ਭਾਸ਼ਾ ਵੀ ਬੋਲੀ ਜਾਂਦੀ ਹੈ। ਸੋ ਇਸ ਤਰ੍ਹਾਂ ਹੀ ਕੁਛ ਏਰੀਏ ਨੂੰ ਬੋਲਦੇ ਹਾਂ ਜੀ ਅਸੀਂ ਦੁਆਬਾ। ਸੋ ਮਾਲਵਾ ਅਤੇ ਦੁਆਬਾ ਦੇ ਏਰੀਏ ਨੂੰ ਜਿਹੜੀ ਨਦੀ ਵੱਖ ਕਰਦੀ ਹੈ ਉਹ ਹੈਗੀ ਜੀ ਸਤਲੁਜ। ਨੈਕਸਟ ਦੇਖਦੇ ਹਾਂ ਜੀ ਮਾਝੀ ਭਾਸ਼ਾ। ਮਾਝੀ ਭਾਸ਼ਾ ਕਿਹੜੇ ਜ਼ਿਲ੍ਹਿਆਂ ਵਿੱਚ ਬੋਲੀ ਜਾਂਦੀ ਹੈ? ਸੋ ਮਾਝੀ ਭਾਸ਼ਾ ਬੋਲੀ ਜਾਂਦੀ ਜੀ ਅੰਮ੍ਰਿਤਸਰ, ਗੁਰਦਾਸਪੁਰ ਅਤੇ ਪਠਾਨਕੋਟ। ਪਠਾਨਕੋਟ ਦੇ ਵਿੱਚ ਵੀ ਮਾਝੀ ਭਾਸ਼ਾ ਬੋਲੀ ਜਾਂਦੀ ਹੈ। ਸੋ ਅੰਮ੍ਰਿਤਸਰ, ਗੁਰਦਾਸਪੁਰ ਅਤੇ ਪਠਾਨਕੋਟ ਦਾ ਜਿਹੜਾ ਏਰੀਆ ਹੈ ਉਸ ਨੂੰ ਬੋਲਦੇ ਜੀ ਮਾਝਾ ਏਰੀਆ, ਉੱਥੇ ਬੋਲੀ ਜਾਂਦੀ ਹੈ ਮਾਝੀ ਭਾਸ਼ਾ। ਨੈਕਸਟ ਦੇਖਦੇ ਜੀ ਦੁਆਬੀ ਭਾਸ਼ਾ। ਦੁਆਬਾ ਏਰੀਆ ਜਿੱਥੇ ਦੁਆਬੀ ਭਾਸ਼ਾ ਬੋਲੀ ਜਾਂਦੀ ਹੈ ਉਹ ਹੈਗਾ ਜੀ ਜਲੰਧਰ ਅਤੇ ਹੁਸ਼ਿਆਰਪੁਰ। ਜਲੰਧਰ ਅਤੇ ਹੁਸ਼ਿਆਰਪੁਰ ਦੇ ਏਰੀਏ ਦੇ ਵਿੱਚ ਕਿਹੜੀ ਭਾਸ਼ਾ ਬੋਲੀ ਜਾਂਦੀ? ਦੁਆਬੀ ਭਾਸ਼ਾ। ਇਹ ਜ਼ਿਲ੍ਹਿਆਂ ਦੇ ਤੁਸੀਂ ਡਿਸਟ੍ਰਿਕਟ ਦੇ ਨਾਮ ਯਾਦ ਰੱਖਣੇ ਨੇ ਕਿ ਕਿਹੜੀ ਭਾਸ਼ਾ ਕਿੱਥੇ ਬੋਲੀ ਜਾਂਦੀ ਹੈ। ਬਠਿੰਡਾ ਦੇ ਵਿੱਚ ਬੋਲੀ ਜਾਂਦੀ ਹੈ ਮਾਲਵਾ। ਇਹ ਮਾਲਵੇ ਦਾ ਏਰੀਆ ਜੀ, ਬਠਿੰਡਾ ਹੋਇਆ, ਸੰਗਰੂਰ ਹੋਇਆ, ਮਾਨਸਾ ਹੋਇਆ, ਬੁੜਲਾਡਾ ਹੋਇਆ, ਇਹ ਸਾਰਾ ਹੈਗਾ ਜੀ ਮਾਲਵੇ ਦਾ ਏਰੀਆ। ਮੁਕਤਸਰ। ਮੁਕਤਸਰ ਦਾ ਪੁਰਾਣਾ ਨਾਮ ਕੀ ਹੈ? ਮੁਕਤਸਰ ਦਾ ਪੁਰਾਣਾ ਨਾਮ ਹੈ ਜੀ ਖਿਦਰਾਣਾ। ਖਿਦਰਾਣਾ ਨੂੰ ਹੀ ਨਵਾਂ ਨਾਮ ਦਿੱਤਾ ਗਿਆ ਮੁਕਤਸਰ। ਨੈਕਸਟ ਹੈ ਜੀ ਅੰਮ੍ਰਿਤਸਰ। ਅੰਮ੍ਰਿਤਸਰ ਦਾ ਪੁਰਾਣਾ ਨਾਮ ਕੀ ਹੈ? ਜਿੱਥੇ ਗੋਲਡਨ ਟੈਂਪਲ ਬਣਿਆ ਹੋਇਆ ਜੀ ਉਹ ਹੈਗਾ ਜੀ ਅੰਮ੍ਰਿਤਸਰ ਸ਼ਹਿਰ ਹੈ, ਅਤੇ ਉਸਦਾ ਜਿਹੜਾ ਪੁਰਾਣਾ ਨਾਮ ਹੈ ਚੱਕ ਰਾਮਦਾਸ। ਚੱਕ ਰਾਮਦਾਸ। ਪੰਜਾਬ ਦੇ ਪਹਿਲੇ ਗਵਰਨਰ ਕੌਣ ਸਨ? ਸੋ ਪਹਿਲੇ ਜਿਹੜੇ ਗਵਰਨਰ ਸੀਗੇ, ਫਸਟ ਗਵਰਨਰ ਪੰਜਾਬ ਦੇ ਚੰਦੂ ਲਾਲ ਤ੍ਰਿਵੇਦੀ। ਸੋ ਪਹਿਲੇ ਗਵਰਨਰ ਅਤੇ ਪਹਿਲੇ ਮੁੱਖ ਮੰਤਰੀ ਦੋਨੋਂ ਹੀ ਬਹੁਤ ਜ਼ਿਆਦਾ ਇੰਪੋਰਟੈਂਟ ਕੁਐਸਚਨ ਹੈ ਅਤੇ ਕਾਫੀ ਵਾਰ ਐਗਜ਼ਾਮ ਦੇ ਵਿੱਚ ਪੁੱਛਿਆ ਗਿਆ। ਸੋ ਜਿਹੜਾ ਪੰਜਾਬ ਦੇ ਪਹਿਲੇ ਗਵਰਨਰ ਨੇ ਉਹ ਹੈਗੇ ਜੀ ਚੰਦੂ ਲਾਲ ਤ੍ਰਿਵੇਦੀ ਜੀ। ਨੈਕਸਟ ਹੈ ਜੀ ਪੰਜਾਬ ਦੇ ਪਹਿਲੇ ਮੁੱਖ ਮੰਤਰੀ। ਸੋ ਜਿਹੜੇ ਪਹਿਲੇ ਮੁੱਖ ਮੰਤਰੀ ਸੀ ਉਹਨਾਂ ਦਾ ਨਾਮ ਸੀ ਜੀ ਗੋਪੀ ਚੰਦ ਭਾਰਗਵ। ਗੋਪੀ ਚੰਦ ਭਾਰਗਵ। ਪੰਜਾਬ ਦਾ ਸਭ ਤੋਂ ਘੱਟ ਜਨਸੰਖਿਆ ਵਾਲਾ ਰਾਜ ਕਿਹੜਾ ਹੈ? ਸਭ ਤੋਂ ਘੱਟ ਪੋਪੂਲੇਸ਼ਨ ਕਿੱਥੇ ਜੀ? ਬਰਨਾਲਾ ਦੇ ਵਿੱਚ। ਅਤੇ ਸਭ ਤੋਂ ਜਿਹੜੀ ਵੱਧ ਪੋਪੂਲੇਸ਼ਨ ਹੈ ਉਹ ਹੈਗੀ ਜੀ ਲੁਧਿਆਣਾ ਦੇ ਵਿੱਚ। ਪੰਜਾਬ ਦੇ ਨਕਸ਼ੇ ਦਾ ਆਕਾਰ ਕਿਸ ਤਰ੍ਹਾਂ ਦਾ ਹੈ? ਸੋ ਜਿਹੜਾ ਪੰਜਾਬ ਦਾ ਮੈਪ ਹੈ, ਨਕਸ਼ਾ ਹੈ, ਉਸ ਦਾ ਜਿਹੜਾ ਆਕਾਰ ਹੈ ਉਹ ਹੈਗਾ ਜੀ ਤ੍ਰਿਭੁਜ, ਟ੍ਰੈਂਗੂਲਰ। ਟ੍ਰੈਂਗੂਲਰ ਸ਼ੇਪ ਦੇ ਵਿੱਚ ਹੈ ਜੀ ਪੰਜਾਬ ਦਾ ਮੈਪ। ਪੰਜਾਬ ਵਿੱਚ ਜ਼ਿੰਦਗੀ ਕਿੰਨੇ ਸਾਲ ਦੀ ਹੈ? ਜ਼ਿੰਦਗੀ ਮੀਨਸ ਲਾਈਫ ਐਕਸਪੈਕਟੈਂਸੀ। ਸੋ ਇੱਕ ਡਾਟਾ ਕੈਲਕੂਲੇਟ ਕੀਤਾ ਜਾਂਦਾ ਹੈ ਜਿਸ ਦੇ ਆਧਾਰ ਦੇ ਉੱਤੇ ਅਸੀਂ ਕਹਿ ਸਕਦੇ ਹਾਂ ਕਿ ਜਿਹੜੀ ਲਾਈਫ ਐਕਸਪੈਕਟੈਂਸੀ ਹੈ ਉਹ ਹੈਗੀ ਜੀ 69.4 ਸਾਲ। ਕਿ ਐਵਰੇਜਲੀ ਜਿਹੜੇ ਸਾਰੇ ਬੰਦੇ ਜ਼ਿੰਦਗੀ ਜਿਉਂਦੇ ਨੇ ਪੰਜਾਬ ਦੇ ਵਿੱਚ ਉਹ ਹੈਗੇ ਜੀ 69.4 ਸਾਲ, 70 ਸਾਲ ਦੇ ਨੀਅਰ ਅਬਾਊਟ ਕਹਿ ਸਕਦੇ ਤੁਸੀਂ। ਪੰਜਾਬ ਦਾ ਰਾਜ ਪਸ਼ੂ ਕਿਹੜਾ ਹੈ? ਸਟੇਟ ਐਨੀਮਲ। ਸੋ ਸਟੇਟ ਐਨੀਮਲ ਹੈਗਾ ਪੰਜਾਬ ਦਾ ਜੀ ਕਾਲਾ ਹਿਰਨ, ਜਿਸ ਨੂੰ ਅਸੀਂ ਬਲੈਕ ਬੱਕ ਵੀ ਕਹਿੰਦੇ ਹਾਂ। ਇੰਗਲਿਸ਼ ਦੇ ਵਿੱਚ ਕਹਿੰਦੇ ਜੀ ਬਲੈਕ ਬੱਕ ਅਤੇ ਪੰਜਾਬੀ ਦੇ ਵਿੱਚ ਕਾਲਾ ਹਿਰਨ। ਸੋ ਨੈਕਸਟ ਕੁਐਸਚਨ, ਪੰਜਾਬ ਵਿੱਚ ਕਿੰਨੀਆਂ ਤਹਿਸੀਲਾਂ, ਸਬ ਤਹਿਸੀਲਾਂ ਅਤੇ ਜ਼ਿਲ੍ਹੇ ਹਨ? ਸੋ ਪੰਜਾਬ ਦੇ ਵਿੱਚ ਤਹਿਸੀਲਾਂ ਹੈਗੀਆਂ ਜੀ 81,
ਸਬ ਤਹਿਸੀਲਾਂ ਹੈਗੀਆਂ 86 ਅਤੇ ਜ਼ਿਲ੍ਹੇ ਹੈਗੇ ਜੀ 22। 2011 ਦੇ ਅੰਕੜਿਆਂ ਮੁਤਾਬਕ ਪੰਜਾਬ ਦੀ ਆਬਾਦੀ ਕਿੰਨੀ ਹੈ? ਸੋ 2011 ਦੇ ਅੰਕੜਿਆਂ ਮੁਤਾਬਕ ਪੰਜਾਬ ਦੀ ਜਿਹੜੀ ਆਬਾਦੀ ਹੈ ਉਹ ਹੈਗੀ ਜੀ 2.77 ਕਰੋੜ। ਸੋ ਹੁਣ ਤੱਕ ਜਿਹੜਾ ਆਪਾਂ ਸੈਂਸਿਸ ਦਾ ਡਾਟਾ ਡਿਸਕਸ ਕਰਦੇ ਹਾਂ 2011 ਦਾ ਕਰ ਰਹੇ ਹਾਂ। ਇਹ ਹਰ 10 ਸਾਲਾਂ ਬਾਅਦ ਸੈਂਸਿਸ ਦਾ ਡਾਟਾ ਇਕੱਠਾ ਕੀਤਾ ਜਾਂਦਾ ਹੈ। ਸੋ ਜਿਹੜਾ ਨਵਾਂ ਆਏਗਾ ਉਹ ਆਏਗਾ 2021 ਦੇ ਵਿੱਚ। ਇਟ ਮੀਨਸ ਅਗਰ 2021 ਤੋਂ ਪਹਿਲਾਂ ਤੁਸੀਂ ਕੋਈ ਵੀ ਇਗਜ਼ਾਮ ਵਿੱਚ ਬੈਠਦੇ ਹੋ ਤਾਂ ਕੋਈ ਵੀ ਕੁਐਸਚਨ ਪੁੱਛਿਆ ਜਾਏਗਾ ਉਹ ਪੁੱਛਿਆ ਜਾਏਗਾ 2011 ਦੇ ਅਕੋਰਡਿੰਗ। ਸੋ 2011 ਦੇ ਅਕੋਰਡਿੰਗ ਜਿਹੜੀ ਪੰਜਾਬ ਦੀ ਪੋਪੂਲੇਸ਼ਨ ਹੈ ਜੀ ਉਹ ਹੈਗੀ 2.77 ਕਰੋੜ। ਨੈਕਸਟ ਹੈ ਜੀ, ਅਲੈਗਜ਼ੈਂਡਰ ਨੇ ਪੰਜਾਬ ਉੱਪਰ ਹਮਲਾ ਕਦੋਂ ਕੀਤਾ ਸੀ? ਅਲੈਗਜ਼ੈਂਡਰ ਨੇ ਕੀਤਾ ਸੀ ਪੰਜਾਬ ਦੇ ਉੱਤੇ ਅਟੈਕ ਕੀਤਾ ਸੀ 326 BC ਦੇ ਵਿੱਚ। ਪੰਜਾਬ ਵਿੱਚ ਸਿੱਖਾਂ ਦਾ ਆਖਰੀ ਸ਼ਾਸਕ ਕੌਣ ਸੀ? ਸੋ ਪੰਜਾਬ ਦੇ ਵਿੱਚ ਜਿਹੜੇ ਸਿੱਖਾਂ ਦੇ ਆਖਰੀ ਸ਼ਾਸਕ ਸਨ ਉਹ ਸਨ ਮਹਾਰਾਜਾ ਦਲੀਪ ਸਿੰਘ ਜੀ। ਮਹਾਰਾਜਾ ਦਲੀਪ ਸਿੰਘ ਸੀਗੇ ਲਾਸਟ ਰੂਲਰ ਆਫ ਪੰਜਾਬ, ਸਿੱਖਾਂ ਦੇ ਸੀਗੇ ਜੀ, ਇਹ ਸਿੱਖਾਂ ਦੇ ਲਾਸਟ ਰੂਲਰ ਸੀਗੇ। ਸੋ ਥੈਂਕ ਯੂ ਸੋ ਮੱਚ ਫੋਰ ਵਾਚਿੰਗ ਦਿਸ ਵੀਡੀਓ। ਵੀਡੀਓ ਵਧੀਆ ਲੱਗੀ ਪਲੀਜ਼ ਲਾਈਕ ਕਰ ਦਿਉ, ਵੱਧ ਤੋਂ ਵੱਧ ਸ਼ੇਅਰ ਕਰ ਦਿਉ, ਐਂਡ ਪਲੀਜ਼ ਡੂ ਸਬਸਕ੍ਰਾਈਬ ਟੂ ਅਵਰ ਯੂਟਿਊਬ ਚੈਨਲ GK ਫੈਨ। ਹੁਣ ਲੋਗੋ ਆਏਗਾ ਸਕਰੀਨ ਦੇ ਉੱਪਰ, ਉਸ ਨੂੰ ਕੀ ਸਬਸਕ੍ਰਾਈਬ ਕਰ ਲਓ ਐਂਡ ਪ੍ਰੈਸ ਦਾ ਬੈਲ ਆਈਕਨ ਫੋਰ ਦਾ ਨੋਟੀਫਿਕੇਸ਼ਨ। ਸੋ ਹਰ ਰੋਜ਼ ਤੁਹਾਨੂੰ ਇਸ ਤਰ੍ਹਾਂ ਹੀ ਪੰਜਾਬ GK ਦੀ ਵੀਡੀਓ ਮਿਲੇਗੀ। ਆਪਾਂ ਕ੍ਰੈਸ਼ ਕੋਰਸ ਨੂੰ ਕੰਪਲੀਟ ਕਰਾਂਗੇ ਜਲਦੀ ਹੀ। ਸੋ ਪਲੀਜ਼ ਆਪਣੇ ਚੈਨਲ GK ਫੈਨ ਨੂੰ ਸਬਸਕ੍ਰਾਈਬ ਕਰ ਲਓ। ਥੈਂਕ ਯੂ।